ਜੰਮੂ ਕਸ਼ਮੀਰ ਵਿੱਚ ਆਏ ਭਾਰੀ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਲਈ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਪੀੜਤਾਂ ਦੇ ਲਈ ਕੱਲ੍ਹ ਰਾਹਤ ਸਮੱਗਰੀ ਭੇਜੀ ਗਈ। ਸਮੂਹ ਸੰਗਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੁਹਾਲੀ ਪ੍ਰਸ਼ਾਸਨ ਵੱਲੋਂ ਇਸ ਰਾਹਤ ਸਮੱਗਰੀ ਵਿੱਚ 50,000 ਖਾਣੇ ਦੇ ਪੈਕਟ, ਪਾਣੀ ਦੀਆਂ ਬੋਤਲਾਂ, ਬਿਸਕੁਟ, ਸੁੱਕਾ ਦੁੱਧ ਆਦਿ ਭੇਜੇ ਗਏ। ਇਸ ਮੌਕੇ ਮੁਹਾਲੀ ਦੇ ਡੀਸੀ ਨੇ ਦੱਸਿਆ ਕਿ ਅੰਬ ਸਾਹਿਬ ਗੁਰਦੁਆਰੇ ਵਿੱਚ ਹੜ੍ਹ ਪੀੜਤਾਂ ਦੇ ਲਈ ਸਮੱਗਰੀ ਜਮ੍ਹਾਂ ਕਰਨ ਲਈ ਕੇਂਦਰ ਬਣਾਇਆ ਗਿਆ ਤੇ ਜੋ ਵੀ ਸਮਾਨ ਪੀੜਤਾਂ ਦੇ ਲਈ ਇਕੱਠਾ ਹੋਵੇਗਾ ਉਸ ਨੂੰ ਸੁਰੱਖਿਅਤ ਢੰਗ ਨਾਲ ਜੰਮੂ ਕਸ਼ਮੀਰ ਪਹੁੰਚਾਇਆ ਜਾਵੇਗਾ। ਦੇਖੋ ਜੀ, ਸਰਕਾਰ ਦਾ ਵੀ ਅਤੇ ਸਾਡੇ ਜਿਹੜੇ SGPC ਵੱਲੋਂ ਔਰ ਬਾਕੀ ਵੀ ਜਿਹੜੇ NGOs ਦੇ ਔਰ ਬਾਕੀ ਜਿਹੜੇ ਸ਼ਰਧਾ ਰੱਖਦੇ ਆ ਲੋਕ, ਸਾਰਿਆਂ ਨੇ ਬੜਾ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਪਾਇਆ ਹੈ। ਔਰ ਅੱਜ ਇਸ ਜਗ੍ਹਾ ਤੋਂ ਅਸੀਂ ਤਕਰੀਬਨ ਮੋਹਾਲੀ ਤੋਂ ਜਿਹੜੇ ਇਕੱਠੇ ਕਰਕੇ ਜਿਹੜੇ ਭੇਜ ਰਹੇ ਹਾਂ, ਉਹ ਪਹਿਲੀ ਕਿਸ਼ਤ ਜਿਹੜੀ ਭੇਜ ਰਹੇ ਹਾਂ, ਉਹ 50,000 ਫੂਡ ਪੈਕਟਸ ਭੇਜ ਰਹੇ ਹੈਗੇ। ਔਰ ਬੜੇ ਅੱਛੇ ਅਸੀਂ ਚੈੱਕ ਵੀ ਕੀਤੇ, ਤੁਸੀਂ ਦੇਖਿਆ ਹੋਣਾ, ਪ੍ਰੈਸ ਨੇ ਵੀ ਦੇਖੇ ਵੀ ਅਸੀਂ ਕੁਆਲਿਟੀ ਚੈੱਕ ਕਰ ਰਹੇ ਹਾਂ ਤਾਂ ਕਿ ਬੜੀ ਅੱਛੀ ਔਰ ਕੁਆਲਿਟੀ ਦੀ ਚੀਜ਼ ਹੈ ਜਿਹੜੀ ਉਹ ਹੋਈ ਉੱਥੇ ਜਿਹੜੇ ਜੀ। ਉੱਧਰ ਜੰਮੂ ਕਸ਼ਮੀਰ 'ਚ ਹੜ੍ਹ 'ਚ ਘਿਰੇ ਹੋਏ ਲੋਕਾਂ ਦੀ ਮਦਦ ਦੇ ਲਈ ਚੜ੍ਹਦੀ ਕਲਾ ਟਾਈਮ TV, ਸਰਬੱਤ ਦਾ ਭਲਾ ਟਰੱਸਟ ਵੱਲੋਂ SP ਸਿੰਘ ਓਬਰਾਏ, ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਮੇਹਰ ਸਿੰਘ ਸਡਾਨਾ ਅਤੇ ਪਿਕਸ ਆਟੋ ਗਰੁੱਪ ਕਸ਼ਮੀਰ ਦੇ ਸਾਂਝੇ ਉੱਦਮ ਦੇ ਸਦਕਾ ਕੱਲ੍ਹ ਰਾਹਤ ਸਮੱਗਰੀ ਦੀ ਦੂਜੀ ਖੇਪ ਪਟਿਆਲਾ ਤੋਂ ਰਵਾਨਾ ਕੀਤੀ ਗਈ, ਜਿਸ ਦੇ ਵਿੱਚ ਕੰਬਲ, ਦਵਾਈਆਂ, ਖਾਣ ਪੀਣ ਦੀਆਂ ਚੀਜ਼ਾਂ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਵੀ ਸ਼ਾਮਲ ਨੇ। ਇਸ ਮੌਕੇ ਚੜ੍ਹਦੀ ਕਲਾ ਗਰੁੱਪ ਦੇ ਚੇਅਰਮੈਨ ਸਰਦਾਰ ਜਗਜੀਤ ਸਿੰਘ ਦਰਦੀ, ਸ੍ਰੀ ਗੁਰੂ ਹਰਕ੍ਰਿਸ਼ਨ ਅਦਾਰਿਆਂ ਦੇ ਡਾਇਰੈਕਟਰ ਜਸਵਿੰਦਰ ਕੌਰ ਦਰਦੀ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਰਾਤ ਸਮੱਗਰੀ ਦੇ ਨਾਲ ਚੜ੍ਹਦੀ ਕਲਾ ਟਾਈਮ TV ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ, ਮੇਹਰ ਸਿੰਘ ਸਡਾਨਾ, ਰਵੀਕਾਂਤ ਸ਼ਰਮਾ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਡਾਕਟਰ ਸੰਦੀਪ ਸਿੰਘ ਵੀ ਜੰਮੂ ਕਸ਼ਮੀਰ ਪਹੁੰਚ ਗਏ ਨੇ। ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਵੀ ਰਾਹਤ ਸਮੱਗਰੀ ਦੀ ਪਹਿਲੀ ਖੇਪ ਜੰਮੂ ਕਸ਼ਮੀਰ ਲਈ ਰਵਾਨਾ ਕੀਤੀ ਗਈ ਸੀ। ਇਹ ਸਾਰੀ ਰਾਹਤ ਸਮੱਗਰੀ ਜੰਮੂ ਕਸ਼ਮੀਰ ਪਹੁੰਚਾਉਣ ਲਈ ਇੰਡੀਗੋ ਏਅਰਲਾਈਨਸ ਵੱਲੋਂ ਬਿਨਾਂ ਕਿਸੇ ਲਾਲਚ ਤੋਂ ਆਪਣਾ ਸਹਿਯੋਗ ਦਿੱਤਾ ਜਾ ਰਿਹਾ। ਚੜ੍ਹਦੀ ਕਲਾ ਦੇ ਪਾਠਕਾਂ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਦੇ ਸੀਨੀਅਰ ਮੈਂਬਰ ਗਗਨਦੀਪ ਸਿੰਘ ਅਤੇ ਡਾਕਟਰ ਮਦਨ ਲਾਲ ਹਸੀਜਾ, ਸੁਰਿੰਦਰ ਬੀਰ ਸਿੰਘ ਬਖਸ਼ੀ ਚੰਡੀਗੜ੍ਹ, ਡਾਇਮੰਡ ਪਗੜੀ ਸੈਂਟਰ ਪਟਿਆਲਾ, ਪਟਿਆਲਾ ਸ਼ਾਹੀ ਪਗੜੀ, ਸ਼੍ਰੀ ਸ਼ੀਤਲ ਕ੍ਰੀਏਸ਼ਨ ਸ਼ੇਰੇ ਪੰਜਾਬ ਮਾਰਕੀਟ ਪਟਿਆਲਾ ਅਤੇ ਅਵਲ ਬੂਲ ਐਂਡ ਗਾਰਮੈਂਟਸ ਪਟਿਆਲਾ ਵੱਲੋਂ ਵੀ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਜੀ, ਵਧਦੇ ਅਗਲੀ ਖਬਰ ਵੱਲ। ਇੰਸਪਾਇਰ ਅਵਾਰਡ ਸਾਇੰਸ ਪ੍ਰਦਰਸ਼ਨੀ ਵਿਦਿਆਰਥੀਆਂ ਦੇ ਲਈ ਇੱਕ ਢੁੱਕਵਾਂ ਮੰਚ ਹੈ, ਜਿਸ ਦੇ ਰਾਹੀਂ ਵਿਦਿਆਰਥੀ ਆਪਣੇ ਅੰਦਰ ਛੁਪੀ ਹੋਈ ਕਲਾ ਨੂੰ ਆਪਣੀ ਕਲਪਨਾ ਰਾਹੀਂ ਬਣਾਏ ਮਾਡਲਾਂ ਦੇ ਰੂਪ ਵਿੱਚ ਬਾਹਰ ਲਿਆਉਂਦੇ ਨੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਰਾਜ ਪੱਧਰੀ ਇੰਸਪਾਇਰ ਅਵਾਰਡ ਸਾਇੰਸ ਪ੍ਰਦਰਸ਼ਨੀ ਦੇ ਆਖਰੀ ਦਿਨ ਮੌਕੇ ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਆਏ ਹੋਏ ਵਿਦਿਆਰਥੀਆਂ ਨੂੰ ਕਹੇ। ਉਹਨਾਂ ਚੁਣੇ ਗਏ 35 ਸਕੂਲਾਂ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਬਣਾਏ ਮਾਡਲਾਂ ਲਈ ਇਨਾਮ ਵੰਡਦਿਆਂ ਮਾਡਲਾਂ ਦੀ ਸਰਾਹਨਾ ਕੀਤੀ। ਇਸ ਦੇ ਨਾਲ ਹੀ ਉਹਨਾਂ ਸਾਇੰਸ ਪ੍ਰਦਰਸ਼ਨੀ ਵਿੱਚ ਭਾਗ ਲੈਣ ਪੱਤੀ ਮਾਡਲ ਦਿੱਤੀ ਜਾਂਦੀ 5,000 ਰੁਪਏ ਦੀ ਰਾਸ਼ੀ ਵਿੱਚ ਵਾਧਾ ਕਰਨ ਤੇ ਵਿਚਾਰ ਕਰਨ ਦੀ ਗੱਲ ਆਖੀ। ਤੇ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਵਿੱਚ ਜਿੱਥੇ ਵੱਖ ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ, ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੂੰ ਵੀ ਅਕਾਲੀ ਦਲ ਦੀ ਇਸਤਰੀ ਵਿੰਗ ਦਾ ਪ੍ਰਧਾਨ ਥਾਪਿਆ ਗਿਆ। ਅੱਜ ਕੱਲ੍ਹ ਚੰਡੀਗੜ੍ਹ ਵਿਖੇ ਵਿੰਗ ਦੀ ਪਲੇਠੀ ਮੀਟਿੰਗ ਸੱਦੀ ਗਈ। ਪੱਤਰਕਾਰਾਂ ਨਾਲ ਗੱਲ ਕਰਦਿਆਂ ਬੀਬੀ ਜਗੀਰ ਕੌਰ ਨੇ ਜਿੱਥੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ, ਉੱਥੇ ਉਹਨਾਂ ਭਵਿੱਖ ਵਿੱਚ ਇਸਤਰੀ ਵਿੰਗ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਵੀ ਆਖੀ। ਇਸਤਰੀ ਵਿੰਗ ਨੂੰ ਉੱਚਾ ਚੁੱਕਣ ਵਾਸਤੇ ਸਾਰਿਆਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ। ਜਿੱਥੇ ਆਪਣੀ ਪਾਰਟੀ ਵਿੱਚ ਵੱਡੇ ਮਾਣ ਬਖਸ਼ੇ ਹੈ ਇਸਤਰੀ ਨੂੰ, ਬੀਬੀ ਉਪਿੰਦਰਜੀਤ ਕੌਰ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ, ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਮੀਤ ਪ੍ਰਧਾਨ ਬਣਾਇਆ,
ਇਸੇ ਤਰ੍ਹਾਂ ਆਪਣੀ ਸੇਵਾਦਾਰ ਨੂੰ ਬਤੌਰ ਮੁੱਖ ਸੇਵਾਦਾਰ ਇਸਤਰੀ ਵਿੰਗ ਦੀ ਥਾਪ ਕੇ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਅਸੀਂ ਸਾਰੇ ਇਸਤਰੀ ਵਿੰਗ ਵਾਲੇ ਉਹਨਾਂ ਦਾ ਧੰਨਵਾਦ ਕਰਦੇ ਹਾਂ। ਦੂਸਰੇ, ਆਉਣ ਵਾਲੇ ਸਮੇਂ ਦੇ ਵਿੱਚ ਇਸਤਰੀ ਵਿੰਗ ਨੂੰ ਹੋਰ ਮਜ਼ਬੂਤ ਕਰਨ ਵਾਸਤੇ, ਲਾਮਬੰਦ ਕਰਨ ਵਾਸਤੇ, ਇਸਤਰੀ ਵਿੰਗ ਦਾ ਪੁਨਰਗਠਨ ਕਰਨ ਵਾਸਤੇ ਵੱਧ ਤੋਂ ਵੱਧ ਭਰਤੀ ਕੀਤੀ ਜਾਵੇ, ਇਸ ਦੇ ਸੰਬੰਧ ਵਿੱਚ ਅੱਜ ਦੀਆਂ ਵਿਚਾਰਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ। ਜੀ, ਉੱਧਰ ਪਟਿਆਲਾ ਵਿਖੇ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੀਪਿੰਦਰ ਸਿੰਘ ਢਿੱਲੋਂ ਨੂੰ ਪਟਿਆਲਾ ਦਿਹਾਤੀ ਦਾ ਪ੍ਰਧਾਨ ਥਾਪਿਆ ਗਿਆ, ਜਿਸ ਦੇ ਸੰਬੰਧ ਵਿੱਚ ਕੱਲ੍ਹ ਪਟਿਆਲਾ ਦੇ ਗੁਰਦੁਆਰਾ ਦੁੱਖਾਂ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ, ਜਿੱਥੇ ਕੈਬਨਿਟ ਮੰਤਰੀ ਅਤੇ ਪਟਿਆਲਾ ਜ਼ਿਲ੍ਹੇ ਦੇ ਅਬਜ਼ਰਵਰ ਸਿਕੰਦਰ ਸਿੰਘ ਮਲੂਕਾ, ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਪੰਜਾਬ ਰਾਜ ਪੱਛੜੀ ਸ਼੍ਰੇਣੀ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਸਮੇਤ ਹੋਰ ਵੀ ਉੱਘੇ ਅਕਾਲੀ ਆਗੂ ਮੌਜੂਦ ਰਹੇ। ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਿੰਦਰ ਸਿੰਘ ਢਿੱਲੋਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਕਰਨ ਦਾ ਵਿਸ਼ਵਾਸ ਦਵਾਇਆ। ਅੱਜ ਜ਼ਿਲ੍ਹਾ ਜਥੇਦਾਰੀ ਦੀ ਉਹਨਾਂ ਨੇ ਸ਼ੁਕਰਾਨਾ ਕਰਨ ਲਈ, ਲੋਕਾਂ ਦਾ ਧੰਨਵਾਦ ਕਰਨ ਲਈ, ਬਾਦਲ ਸਾਹਿਬ ਦਾ ਧੰਨਵਾਦ ਕਰਨ ਲਈ, ਜਿਹੜੀ ਖਟਵਰਤਾ ਉਹਨਾਂ ਨੂੰ ਵਧਾਈ ਦੇਣ ਲਈ ਵੀ ਪਾਰਟੀ ਵੱਲੋਂ, ਅਤੇ ਸੰਗਤਾਂ ਦਾ ਧੰਨਵਾਦ ਕਰਨ ਲਈ। ਔਰ ਮੈਂ ਚਾਹੁੰਦਾ ਕਿ ਜੋ ਵੀ ਸੰਗਤ ਦਾ ਚਾਹੀਦੀ ਕੀਤੀ ਉਹ ਸਾਰਿਆਂ ਦਾ ਧੰਨਵਾਦ ਕਰਨ ਲਈ। ਮੈਨੂੰ ਖੁਸ਼ੀ ਇਸ ਗੱਲ ਦੀ ਕਿ ਸਾਹਿਬ ਬਾਦਲ ਦੇ ਪੈਸੇ ਪਟਿਆਲੇ ਦੇ ਖਾਲੀ ਹਰ ਜਿਹੜੀ ਜ਼ਿੰਮੇਵਾਰੀ ਮੈਨੂੰ ਸਾਡੇ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਔਰ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਦਿੱਤੀ ਹੈ, ਮੈਂ ਉਹ ਬੜੀ ਇਮਾਨਦਾਰੀ ਨਾਲ ਤਨਦੇਹੀ ਦੇ ਨਾਲ ਨਿਭਾਵਾਂਗਾ। ਔਰ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਮੈਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਜਿੰਨੀ ਲੀਡਰਸ਼ਿਪ ਹੈ, ਜਿੰਨੇ ਮਾਨਯੋਗ ਸਾਡੇ ਵਰਕਰ ਨੇ, ਉਹਨਾਂ ਦਾ ਮਾਨ ਸਨਮਾਨ ਔਰ ਸਾਰਿਆਂ ਨੂੰ ਨਾਲ ਲੈ ਕੇ ਮੈਂ। ਸੋ ਪੰਜਾਬੀ ਖਬਰਾਂ ਦਾ ਇਹ ਸਿਲਸਿਲਾ ਇੱਥੇ ਖਤਮ ਕਰਦੇ ਹਾਂ। ਕੁਝ ਹੋਰ ਖਬਰਾਂ ਲੈ ਕੇ ਮੈਂ ਸੁਖਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗਾ। ਤਦ ਤੱਕ ਲਈ ਤੁਸੀਂ ਵੇਖਦੇ ਰਹੋ ਚਾਰਦਿਕਾ ਟਾਈਮ ਟੀਵੀ।